ਪਿੰਡ ਮਲਕਪੁਰ ਦੇ ਫੌਜੀ ਜਵਾਨ ਹਵਲਦਾਰ ਗੁਰਮੀਤ ਸਿੰਘ ਜਿਸ ਦੀ ਬੀਤੇ ਦਿਨੀ ਡਿਊਟੀ ਦੌਰਾਨ ਅਚਾਨਕ ਮੌਤ ਹੋ ਜਾਣ ਪਿੱਛੋਂ ਮ੍ਰਿਤਕ ਦੇ ਦਾ ਪਿੰਡ ਵਿਖੇ ਸੰਸਕਾਰ ਕਰ ਦਿੱਤਾ ਗਿਆ ਸੀ ਪਰ ਇਸ ਮੌਕੇ ਕੋਈ ਵੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਦੇ ਨਾ ਪਹੁੰਚਣ ਕਾਰਨ ਪਰਿਵਾਰ ਅਤੇ ਨਗਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਵੰਦੀ ਫੌਜੀ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਦੀ ਇਕੱਤਰਤਾ ਵਿੱਚ ਸਰਕਾਰ ਤੇ ਰੋਸ ਜ਼ਾਹਰ ਕੀਤਾ ਅਭਿਤਾ ਬਜੁਰਗ ਨੇ ਨਾ ਕੋਈ ਸਾਡੀ ਪੈਲੀ ਨਾ ਕੋਈ ਸਾਡਾ ਬੰਲਾ ਇ ਤੇ ਉਹਦੇ ਸਾਰੇ ਜਿੰਦੇ ਆ ਸਾਡਾ ਸਰਕਾਰ ਨੇ ਕੁਝ ਨਹੀਂ ਉਦੋਂ ਦਾ ਕੀਤਾ ਹੈ ਗਿਆ ਹਰ ਕਿਉਂ ਨਾ ਆਖਿਆ ਸਾਡਾ ਸਰਕਾਰ ਕੋਈ ਸੋਚੇ ਸਾਨੂੰ ਪਰਿਵਾਰ ਨੂੰ ਕਿ ਇਹਨੂੰ ਨੌਕਰੀ ਦਿੱਤੀ ਜਾਵੇ ਕੋਈ ਹੋਰ ਹੀ ਸੂਟ ਦਿੱਤੀ ਜਾਵੇ ਮੇਰੇ ਪਾਪਾ ਜੀ ਦਾ ਨਾਮ ਸਰਦਾਰ ਗੁਰਮੀਤ ਸਿੰਘ ਜੀ ਨੇ ਜੋ ਕਿ 10 ਨਵੰਬਰ ਨੂੰ ਸ਼ਹੀਦ ਹੋ ਗਏ ਸਨ ਤੇ ਮੈਂ ਕੋਮਲਪ੍ਰੀ ਤੋਂ ਉਹਨਾਂ ਦੀ ਬੇਟੀ ਹਾਂ ਜੋ ਕਿ 10ਵੀਂ ਜਮਾਤ ਵਿੱਚ ਪੜ੍ਹਦੀ ਹਾਂ ਇਹ ਮੇਰੇ ਦਾਦਾ ਜੀ ਨੇ ਇਹ ਮੇਰੇ ਮੰਮਾ ਨੇ ਇਹ ਵੀ ਦੱਸ ਆ ਮੇਰੇ ਦੱਸ ਦਿਜੀਆ ਤੇ ਉਹ 10 ਨਵੰਬਰ ਨੂੰ ਸ਼ਹੀਦ ਹੋਗੇ ਸਨ ਜਿੰਨਾ ਸਰਕਾਰ ਨੇ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਜੋ ਕਿਹਾ ਦਸ ਪਰਿਵਾਰ ਜਿਹੜਾ ਬਹੁਤ ਗਰੀਬ ਹੈ ਧਿਆਨ ਮੇਰੇ ਪਾਪਾ ਦਾ ਹੀ ਸਹਾਰਾ ਸੀ ਜੋ ਕਿ ਸਾਡ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਸੋਚ ਕੇ ਰੱਖਿਆ ਸੀ ਆਪਾਂ ਜੋ ਨਹੀਂ ਅੱਗੇ ਹਨ ਸਰਕਾਰ ਵੱਲੋਂ ਕੋਈ ਨਾ ਕੋਈ ਮਦਦ ਜ਼ਰੂਰ ਦਿੱਤੀ ਜਾਵੇ ਇਸ ਸੰਬੰਧੀ ਗੁਰਦੁਆਰਾ ਤਪਸਥਾਨ ਮਲਕਪੁਰ ਸਾਹਿਬ ਦੇ ਮੁਖ ਪ੍ਰਬੰਧਕ ਬਾਬਾ ਸੁਖਵਿੰਦਰ ਸਿੰਘ ਅਤੇ ਹਲਕਾ ਵਿਧਾਇਕ ਲਖਵੀਰ ਸਿੰਘ ਲੋਧੀ ਨੰਗਲ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਸਾਹਿਬ ਬਾਬਾ ਸੁਖਵਿੰਦਰ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਤਪਸਥਾਨ ਸਾਹਿਬ ਮਲਕਪੁਰ ਦਾਸ ਨੂੰ ਇੱਕ ਪੰਜਾਬ ਸਰਕਾਰ ਦੇ ਨਾਲ بڑا ਇਤਰਾਜ਼ ਹੈ ਕਿ ਮੇਰੇ ਨਗਰ ਦੇ ਫੌਜੀ ਵੀਰ ਜੋ ਗੁਰਮੀਤ ਸਿੰਘ ਦੀ 10 ਨਵੰਬਰ ਨੂੰ ਸ਼੍ਰੀਨਗਰ ਵਿਖੇ ਜੋ ਡਿਊਟੀ ਕਰਦਾ ਸੀਗਾ ਬਰਫੀਲੇ ਇਲਾਕੇ ਦੇ ਵਿੱਚ ਉਸ ਦੀ ਉਥੇ ਅਚਨਚੇਤ ਮੌਤ ਹੋ ਗਈ ਜੋ ਫੋਨ ਦੇ ਉੱਤੇ ਉਹਨਾਂ ਦੇ ਪਰਿਵਾਰ ਨੂੰ ਇਤਲਾਹ ਦਿੱਤੀ ਗਈ ਕਿ ਉਹਦੀ ਡੈਥ ਹੋ ਚੁੱਕੀ ਹੈ। ਉਥੋਂ ਲੈ ਕੇ ਆਏ ਯੂਨਿਟ ਵਾਲੇ ਲਿਆ ਕੇ ਉਸ ਦਾ ਸੰਸਕਾਰ ਕਰ ਦਿੱਤਾ। ਪੰਜਾਬ ਸਰਕਾਰ ਦਾ ਕੋਈ ਅਧਿਕਾਰੀ ਐਸ ਡੀ ਐਮ, ਡੀ ਸੀ, ਕੋਈ ਐਸ ਐਸ ਪੀ, ਤਹਿਸੀਲਦਾਰ ਕਿਸੇ ਨੇ ਉਸ ਪਰਿਵਾਰ ਨਾਲ ਅੱਜ ਤੱਕ ਕੋਈ ਰਾਬਤਾ ਨਹੀਂ ਕੀਤਾ। ਕੋਈ ਉਹਨਾਂ ਨੂੰ ਮਾਲੀ ਮਦਦ ਦੇਣ ਦਾ ਭਰੋਸਾ ਨਹੀਂ ਦਿੱਤਾ। ਅਤ ਦਾ ਗਰੀਬ ਪਰਿਵਾਰ ਉਹਨਾਂ ਬਜ਼ੁਰਗ ਮਾਪਿਆਂ ਦਾ ਉਹੀ ਬੱਚਾ ਗੁਰਮੀਤ ਸਿੰਘ ਹੀ ਇੱਕ ਸਹਾਰਾ ਸੀ। ਜੋ ਕਿ ਉਸ ਦੇ ਸਨਮਾਨ ਵਾਸਤੇ ਪੰਜਾਬ ਸਰਕਾਰ ਵੱਲੋਂ ਕੋਈ ਵੀ ਨਮਾਇਦਾ ਨਹੀਂ ਪਹੁੰਚਿਆ ਦਾਸ ਦੀ ਬੇਨਤੀ ਆ ਕਿ ਉਸ ਗਰੀਬ ਪਰਿਵਾਰ ਦੀ ਪੰਜਾਬ ਸਰਕਾਰ ਮਦਦ ਕਰੇ مالی ਮਦਦ ਕਰੇ ਕੋਈ ਉਹਨਾਂ ਦੀ ਰਹਿائش ਵੀ ਬਹੁਤ ਵਧੀਆ ਨਹੀਂ ਉਹਨਾਂ ਦੀ ਰਹਿائش ਦਾ ਯੋਗ ਪ੍ਰਬੰਧ ਕੀਤਾ ਜਾਵੇ ਬਜ਼ੁਰਗ ਮਾਂ ਪਿਓ ਦੀ ਸਾਰ ਲਈ ਜਾਵੇ ਔਰ ਪਰਿਵਾਰ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਕਿ ਇੱਕ ਸ਼ਹੀਦ ਦਾ ਬਣਦਾ ਮਾਣ ਸਤਿਕਾਰ ਸਰਕਾਰ ਵੱਲੋਂ ਕੀਤਾ ਜਾ ਸਕੇ ਜੋ ਇਹ ਫੌਜੀ ਵੀਰ ਸਰਹੱਦਾਂ ਤੇ ਦਿਨ ਰਾਤ ਡਿਊਟੀ ਕਰਦੇ ਹਨ ਅਸੀਂ ਤਾਂ ਹੀ ਰਜਾਈਆਂ ਦੇ ਵਿੱਚ ਸੁਖ ਦੀ ਨੀਂਦ ਸੌਂਦੇ ਹਾਂ ਦਾਸ ਦੀ ਇਹ ਬੇਨਤੀ ਹੈ ਕਿ ਇਹ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਛੋਟੇ ਛੋਟੇ ਬੱਚਿਆਂ ਦਾ ਸਰਕਾਰ ਨੂੰ ਸਾਰ ਲੈਣੀ ਚਾਹੀਦੀ ਆ ਜਿਹੜੀ ਆ ਸਰਕਾਰ ਨੂੰ ਲਾਂਭਾ ਵੀ ਦੇਣਾ ਚਾਹਣਾ ਤੇ ਸਰਕਾਰ ਦੇ ਧਿਆਨ 'ਚ ਵੀ ਲਾਉਣਾ ਚਾਹਣਾ ਪਿੰਡ ਮਲਖਪੁਰ ਤੋਂ ਹੌਲਦਾਰ ਗਰਮੀਤ ਸਿੰਘ ਜਿਹੜਾ ਪਿਛਲੇ ਦਿਨੀ ਸ਼੍ਰੀਨਗਰ ਵਿਖੇ ਇਹ ਕੋਈ ਹਾਰਟ ਅਟੈਕ ਹੋਣ ਦੇ ਨਾਲ ਉਹਦੀ ਡਿਊਟੀ ਦੌਰਾਨ ਮੌਤ ਜਿਹੜੀ ਆ ਹੋ ਗਈ। ਔਰ ਮੈਂ ਸੁਣਨਾ ਕਿ ਅਜੇ ਨੌਜਵਾਨ ਸੀ। ਉਹਦਾ ਬਜ਼ੁਰਗ ਬਾਪ ਆ ਮਾਂ ਮਾਤਾ ਆ ਇੱਕ ਨਾ ਮਾਤਰ ਕਿਸਾਨ ਆ ਉਹਦੀ ਕੋਈ ਜ਼ਮੀਨ ਜਾਇਦਾਦ ਵੀ ਨਹੀਂ ਹੈ ਔਰ ਮੈਂ ਸਮਝਣਾ ਕਿ ਦੋ ਦੇ ਬੱਚੇ ਨੇ ਇੱਕ ਬੇਟਾ ਤੇ ਬੇਟੀ ਪਰਿਵਾਰ ਉਹਦੇ ਤੇ ਡਿਪੈਂਡ ਕਰਦਾ ਸੀ ਪਰਿਵਾਰ ਦੇ ਘਰ ਡੈੱਡ ਬਾਡੀ ਆਈ ਆ ਸਤਾ ਗਰਮੀਤ ਸਿੰਘ ਦੀ ਉਹ ਹਾਰਟ ਅਟੈਕ ਕਰਕੇ ਆਈ ਆ ਜਾਂ ਉਹ ਗੋਲੀ ਲੱਗਣ ਨਾਲ ਆ ਗਈ ਆ ਘਰ ਤੇ ਡੱਡ ਬਾਡੀ ਆਉਣੀ ਆ ਜਦੋਂ ਫੌਜੀ ਦੀ ਸ਼ਹਾਦਤ ਬਾਰਡਰ ਦੇ ਉੱਤੇ ਹੁੰਦੀ ਹੈ ਡਿਊਟੀ ਦੌਰਾਨ ਤੇ ਸ਼ਹਾਦਤ ਦੇ ਵਿੱਚ ਕੋਈ ਵੀਰਵਾ ਨਹੀਂ ਗਿਣਿਆ ਜਾ ਸਕਦਾ ਕਿ ਇਹਨੂੰ ਗੋਲੀਆਂ ਵੱਜ ਗਈਆਂ ਨੇ ਜਾਂ ਇਹ ਉੱਥੇ ਕਿਸੇ ਹੋਰ ਤਰੀਕੇ ਨਾਲ ਮੌਤ ਹੋ ਗਈ ਆ ਔਰ ਮੈਨੂੰ ਦੁੱਖ ਇਸ ਗੱਲ ਦਾ ਆ ਕਿ ਮੈਂ ਉਸ ਦਿਨ ਭੋਗ ਤੇ ਗਿਆ ਸੀ ਕੋਈ ਸਰਕਾਰੀ ਨੁਮਾਇੰਦਾ ਉਸ ਫੌਜੀ ਜਵਾਨ ਦੇ ਭੋਗ ਦੇ ਸਮੇਂ ਨਹੀਂ ਆਇਆ ਉਹਨੂੰ ਬੈਨੀਫਿਟ ਦੇਣ ਵਾਸਤੇ ਕੋਈ ਵੀ ਜਿਹੜੀਆਂ ਭੋਗ ਰਸਮਾਂ ਦੇ ਉੱਤੇ ਬੈਨੀਫਿਟਸ ਆਣ ਕੇ ਸਰਕਾਰ ਨੂੰ ਯਸਾਰੇ ਸਰਦਾਰ ਗੁਰਮੀਤ ਸਿੰਘ ਜੀ ਹੌਲਦਾਰ ਗੁਰਮੀਤ ਸਿੰਘ ਜੋ ਮਿਲਟਰੀ ਵਿੱਚ ਸਰਵਿਸ ਕਰਦਾ ਸੀ ਤੇ ਸ੍ਰੀਨਗਰ ਤਹਿਨਾਤ ਸੀ ਇੱਕ ਬੜੇ ਡੇਂਜਰਸ ਏਰੀਆ 'ਚ ਜਿੱਥੇ ਉਹਦੀ ਮੌਤ ਹੋ ਗਈ ਮੌਤ ਤੋਂ ਬਾਅਦ ਸਾਡਾ ਇੱਕ ਇਹ ਬੇਨਤੀ ਹੈ ਕਿ ਕੋਈ ਪ੍ਰਸ਼ਾਸਨ ਦਾ ਆਦਮੀ ਕੋਈ ਡੀਸੀ ਲੈਵਲ ਦਾ ਕੋਈ ਤਹਿਸੀਲਦਾਰ ਕੋਈ ਐਸਟੀਐਮ ਕਿਸੇ ਵੀ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਸੰਸਕਾਰ ਦੇ ਟਾਈਮ ਤੇ ਵੀ ਨਹੀਂ ਪਹੁੰਚਿਆ ਪਿਛੋਂ ਵੀ ਨਹੀਂ ਪਹੁੰਚਿਆ ਅਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਸ ਪਰਿਵਾਰ ਨੂੰ ਜਿਹੜਾ ਕਿ ਬਿਲਕੁਲ ਉਹਨਾਂ ਦਾ ਕੋਈ ਵੀ ਮਾਇਕ ਤੌਰ ਤੇ ਕੋਈ ਮਦਦਗਾਰ ਨਹੀਂ ਹੈ ਉਹਨਾਂ ਦਾ ਇੱਕੋ ਇੱਕ ਸਾਰਾ ਸੀ ਸਦਾ ਗਰਮੀਤ ਸਿੰਘ ਜਿਹੜਾ ਸ਼ਹੀਦ ਹੋ ਗਿਆ ਤੇ ਅਸੀਂ ਚਾਹੁੰਦੇ ਆਂ ਸਾਰਾ ਨਗਰ ਇਕੱਤਰ ਹੋਇਆ ਪ੍ਰੈਸ ਨੋਟ ਦੇ ਰਹੇ ਆਂ ਅਸੀਂ ਮੀਡੀਆ ਤੇ ਵੀ ਸਾਰੀ ਗੱਲ ਕਰ ਰਹੇ ਆਂ ਕਿ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਇਸ ਪਰਿਵਾਰ ਨੂੰ ਕੋਈ ਮਾਲੀ ਮਦਦ ਦੇਵੇ ਅਤੇ ਇੱਕ ਪਰਿਵਾਰ ਦੇ ਜੀ ਨੂੰ ਨੌਕਰੀ ਦੇਵੇ ਤਾਂ ਕਿ ਇਹ ਪ੍ਰਸ਼ਾਸਨ ਦੀ ਜਿਹੜੀ ਵੱਲਦੀ ਹੱਕਾਇ ਸ਼ਹੀਦ ਨੂੰ ਦਿੱਤਾ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ